ਫਿਰ ਐਂਡ 'ਚ ਜਾ ਕੇ ਹੁਣ ਪੁਲਿਸ ਨੂੰ ਬੁਲਾਇਆ ਵਾ ਅਤੇ ਪੁਲਿਸ ਵੀ ਘੱਟੋ ਘੱਟ ਵੀ 20 ਮਿੰਟ ਬਾਅਦ ਜਾ ਕੇ ਆਈ ਹੈ। ਸੋ ਲਗਾਤਾਰ ਤੁਸੀਂ ਦੱਸ ਰਹੇ ਸੀਗੇ ਕਿ ਇਸ ਤੋਂ ਪਹਿਲੇ ਵੀ ਜਿਹੜਾ ਇਹੀ ਚਾਰੋਂ ਜਣੇ ਵਧਾਈ ਲੈ ਐਡੀ ਦੁਕਾਨਾਂ ਦੇ ਉੱਤੇ ਆਉਂਦੇ ਨੇ, ਦੀਵਾਲੀ 'ਤੇ ਆਉਂਦੇ, ਕਦੀ ਕਿਤੇ ਪਹਿਲੇ ਵੀ ਕਦੀ ਇੱਦਾਂ ਦੀ ਕੋਈ ਚੀਜ਼ ਹੋਈ ਇਹਨਾਂ ਨੇ ਹਾਦਸਾ ਕੋਈ, ਮਤਲਬ ਪਹਿਲੇ ਇਹ ਬੰਦੇ ਨਹੀਂ ਬਟ ਜਿਹੜੇ ਇਹਨਾਂ ਦੇ ਨਾਲ ਦੇ ਹੈਗੇ ਆ ਕਦੀ ਕੁਛ ਚੱਕ ਕੇ ਲੈ ਗਏ, ਮੇਰੇ ਕੋਲ ਹੁਣ ਵੀ ਫੋਟੋਆਂ ਹੋਣੀਆਂ ਮੇਰੀ ਦੁਕਾਨ ਤੋਂ ਸਪੀਕਰ ਚੱਕ ਕੇ ਲੈ ਗਏ ਸੀਗੇ, ਮਤਲਬ ਕੁਛ ਨਾ ਕੁਛ, ਮਤਲਬ ਮੈਂ ਕਹਿ ਸਕਦਾ ਕਿ ਪਿਛਲੇ ਮਹੀਨੇ 'ਚ ਮੇਰੀ ਦੁਕਾਨ ਤੋਂ 3 ਚੀਜ਼ਾਂ 3 ਵਾਰੀ ਚੋਰੀ ਹੋ ਗਈ ਹੈ। ਹੁਣ ਐਪ ਕੀ ਜਾ ਕੇ ਇਹ ਪ੍ਰੋਪਰ ਕਾਬੂ ਆ ਰਹੇ। ਤੁਹਾਡੇ ਕਹਿਣਾ ਭਾਅ ਜੀ ਇਹੀ ਵਿਅਕਤੀ ਸੀ? ਇਹ ਨਹੀਂ ਕਹਿ ਸਕਦੇ ਇਹਨਾਂ ਦੇ ਨਾਲ ਦੇ ਹੋਣਗੇ, ਕਿਉਂਕਿ ਇਹਨਾਂ ਦਾ ਮਤਲਬ ਗਰੁੱਪ ਹੈ, ਪੂਰਾ ਗਰੁੱਪ ਹੈਗਾ। ਇਕੱਲਾ ਬੰਦਾ ਤਾਂ ਦੇਖੋ ਇੰਨਾ ਹੌਸਲਾ ਨਹੀਂ ਪੈ ਸਕਦਾ, ਤਾਂ ਪਹਿਲੇ ਵਾਰੀ 'ਚ ਤਾਂ ਕੋਈ ਇੰਨਾ ਹੌਸਲਾ ਹੋਊਗਾ। ਸੋ ਤਸਵੀਰਾਂ ਲਗਾਤਾਰ ਸੋ ਲਾਈਵ ਤਸਵੀਰਾਂ ਦਾ ਨਾਲ ਸਾਂਝੀਆਂ ਕਰ ਰਹੇ ਸੀ ਲਕਸ਼ਮੀ ਸਿੰਘ ਨਾਲ ਦੀ ਗਲੀ, ਜਿੱਥੇ ਕਿ 3 ਲੁਟੇਰੇ ਸੀ ਜਿਹੜੇ ਕਿ ਮੋਬਾਈਲ ਚੋਰੀ ਕਰਕੇ ਭੱਜ ਰਹੇ ਸੀ, ਤਾਂ ਜਿਹੜਾ ਕਿ ਬੰਦ ਗਲੀ 'ਚ ਵੜ ਜਾਂਦੇ, ਉਸ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ਨੂੰ ਫੜ ਲਿੱਤਾ ਜਾਂਦਾ ਔਰ ਜਿਹੜੀ PCI ਟੀਮ ਹੈ ਹੁਣ ਉਹਨਾਂ ਨੂੰ ਥਾਣੇ ਲੈ ਗਈ ਹੈ। ਬਾਊਜੀ ਕਿੱਥੇ? ਬਾਊਜੀ ਮੈਂ ਕਿਹਾ ਬਾਊਜੀ ਤੇ ਹੈ ਨੀ ਗੇ, ਨਾਲ ਹੀ ਇਹਨਾਂ ਨੇ ਫੋਨ ਕੱਢਿਆ, ਨਾਲ ਹੀ ਦੌੜੇ ਮੁੰਡੇ ਨੇ ਦੱਸਿਆ ਸੀਗਾ, ਮੁੰਡੇ ਨੇ ਦੱਸਿਆ ਤੇਰਾ ਫੋਨ ਕਿੱਥੇ? ਮੈਂ ਕਿਹਾ ਲੈ ਗਿਆ ਚੱਕ ਕੇ, ਨਾਲ ਹੀ ਆਪਾਂ ਦੌੜੇ, ਨਾਲ ਹੀ ਫੜੇ ਗਏ ਅੰਦਰ ਤੁਹਾਡੇ ਜਿੰਨੀਆਂ ਮੇਰੀਆਂ ਕੁੜੀਆਂ ਹੋ ਗਈਆਂ, ਤੇ ਮੈਂ ਉਹਨੂੰ ਉਸ ਬੰਦੇ ਨੂੰ ਇੱਕ ਚੀਜ਼ ਸਮਝਾਈ, ਮੈਂ ਕਿਹਾ ਜੇ ਤੇਰੀਆਂ ਕੁੜੀਆਂ ਇੰਨੀਆਂ ਹੋ ਗਈਆਂ ਮੈਂ ਇੰਨੇ ਜੋਗੀਆਂ ਹੋ ਗਈਆਂ, ਕੱਲ ਨੂੰ ਵਿਆਹਣੀਆਂ ਵੀ ਆ, ਤੇ ਤੂੰ ਇਹ ਕੰਮ ਕਰਦਾ, ਨਸ਼ੇ ਕਰਦਾ, ਮੈਂ ਚੋਰੀਆਂ ਕਰਦਾ ਪਿਆ, ਤੇ ਫਿਰ ਤੇਰੀ ਕੁੜੀਆਂ 'ਤੇ ਕੀ ਅਸਰ ਪਊਗਾ? ਉਹ ਕਹਿੰਦਾ ਜੇ ਮੈਂ ਅੱਗੋਂ ਚੋਰੀ ਕਰਾਂ ਤਾਂ ਮੇਰੀ ਕੁੜੀ ਮਾਰ ਜਾਵੇ। ਅੱਛਾ, ਹੁਣ ਤੁਸੀਂ ਆਹ ਹਿਸਾਬ ਲਓ, ਜਿਹੜਾ ਬੰਦਾ ਇੱਦਾਂ ਦੇ ਕੰਮ ਕਰਦਾ ਹੋਵੇ ਉਹ ਦੁਬਾਰਾ ਕੰਮ ਨਹੀਂ ਕਰੇਗਾ। ਇਵਨ ਨਸ਼ੇ ਤੋੜ ਵਾਸਤੇ ਕਰਦੇ ਹੋਏ, ਚੋਰੀ ਤੋੜ ਵਾਸਤੇ ਕਰਦੇ ਪਏ ਆ, ਉਹਨਾਂ ਦੀ ਬਾਹਾਂ ਦੇ ਨਿਸ਼ਾਨ ਦੇਖੇ ਗਏ ਆ, ਪ੍ਰੋਪਰ ਟੀਕਿਆਂ ਦੇ ਟੀਕੇ ਲਗਾਉਂਦੇ। ਹਾਂ, ਉਸ ਤੋਂ ਬਾਅਦ ਹੁਣ ਜਿਹੜਾ ਬੰਦਾ ਇੱਦਾਂ ਦੇ ਕੰਮ ਕਰਦਾ ਪਿਆ, ਅਸੀਂ ਤਾਂ ਇਹੀ ਕਹਿੰਦੇ ਹਾਂ ਸਮਾਜ ਨੂੰ ਕਿ ਇੱਦਾਂ ਦੇ ਬੰਦੇ ਦੇ ਦੁਰ ਲਾਂ ਦਾ, ਜਿਹੜਾ ਇੱਦਾਂ ਦੇ ਕੰਮ ਕਰਨ ਤੋਂ ਬਾਅਦ ਵੀ ਆਪਣੀ ਕੁੜੀਆਂ ਦੀ ਸਹੁੰ ਖਾਂਦਾ ਪਿਆ ਵਾ ਕਿ ਸਾਡੀ ਮੇਰੀ ਕੁੜੀ ਮਾਰ ਜਾਵੇ ਕਿ ਅਗਰ ਮੈਂ ਦੁਬਾਰਾ ਇਹ ਕੰਮ ਕਰਾਂ, ਕਾਬੂ ਕੀਤੇ ਗਏ। ਇੱਕ ਦੁਕਾਨ ਦੇ ਅੰਦਰ ਜਿਹੜਾ ਕਿ ਮੋਬਾਈਲ ਫੋਨ ਲੱਗਾ ਹੋਇਆ ਸੀਗਾ ਤੇ ਚਾਰਜਿੰਗ ਦੇ ਉੱਪਰ, ਤੇ ਦੁਕਾਨ ਦੇ ਉੱਪਰ ਆਉਂਦੇ ਆ ਔਰ ਜਿਹੜਾ ਕਿ ਮੋਬਾਈਲ ਫੋਨ ਤੋਂ ਚੁੱਕ ਕੇ ਲੈ ਜਾਂਦੇ ਆ, ਤੇ ਲੋਕਾਂ ਵੱਲੋਂ ਜਿਹੜਾ ਕਿ ਉਹਨਾਂ ਨੂੰ ਕਾਬੂ ਕਰ ਲਿੱਤਾ ਹੈ। ਸਾਰਾ ਜਿਹੜਾ ਮਾਮਲਾ ਹੈ ਮੰਡੀ ਰੋਡ ਦਾ ਲਕਸ਼ਮੀ ਸਿਨੇਮੇ ਦੇ ਨਾਲ ਦੀ ਗਲੀ ਵਾਲਾ, ਜਿੱਥੇ ਕਿ 3 ਚੋਰ ਜਿਹੜੇ ਕਾਬੂ ਕੀਤੇ ਗਏ। ਸੋ PCI ਟੀਮ ਜਿਹੜੀ ਕਿ ਉਹਨਾਂ ਨੂੰ ਮੌਕੇ 'ਤੇ ਹੁਣ ਲੈ ਗਈ ਹੋਈ ਹੈ। ਸੋ ਇਹਨੇ ਤਸਵੀਰਾਂ ਨਾਲ ਤੁਹਾਡੇ ਤੋਂ ਲੈਣੇ ਇਜਾਜ਼ਤ, ਇਸ ਕੰਮ ਲੈ ਕੇ ਹੋਰ ਅਪਡੇਟਾਂ ਤੁਹਾਡੇ ਨਾਲ ਦੁਬਾਰਾ ਫਿਰ ਰੂਬਰੂ ਹੋਵਾਂਗੇ। ਉਹਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੋ ਚੋਰ ਸੀ ਉਹ ਮੰਨ ਵੀ ਗਏ ਆ ਕਿ ਨਸ਼ੇ ਦੀ ਤੋੜ ਵਾਸਤੇ ਜਿਹੜਾ ਕਿ ਉਹ ਚੋਰੀਆਂ ਕਰਦੇ ਸੀਗੇ ਔਰ ਆ ਜਿਹੜਾ ਕਿ ਮੋਬਾਈਲ ਇਹਨਾਂ ਨੇ ਉੱਥੇ ਜਿਹੜਾ ਕਿ ਚਾਰਜਿੰਗ 'ਤੇ ਲੱਗਾ ਹੋਇਆ ਸੀ ਔਰ ਮੋਬਾਈਲ ਚੋਰੀ ਜਿੱਥੋਂ ਕਰ ਦਿੱਤਾ ਔਰ ਜਦੋਂ ਭੱਜੇ ਤਾਂ ਜਿਹਨਾਂ ਦਾ ਮੋਬਾਈਲ ਸੀਗਾ ਉਹ ਮਗਰ ਭੱਜੇ ਤਾਂ ਜਿਹੜੀ ਗਲੀ ਬੰਦ ਸੀ ਔਰ ਗਲੀ 'ਚੋਂ 3 ਚੋਰ ਕਾਬੂ ਕਰ ਦਿੱਤੇ ਗਏ। ਸੋ ਇਹਨਾਂ ਖਬਰਾਂ ਤੁਹਾਡੇ ਤੋਂ ਲੈਣੇ ਇਜਾਜ਼ਤ, ਇਸ ਖਬਰ ਲੈ ਕੇ ਹੋਰ ਅਪਡੇਟਾਂ ਤੁਹਾਡਾ ਫਿਰ ਦੁਬਾਰਾ ਰੂਬਰੂ ਨੇ ਤੁਹਾਨੂੰ ਇਜਾਜ਼ਤ, ਧੰਨਵਾਦ।